मस्जिद अभी दूर है, चलो किसी रोते हुए बच्चे को हंसाते हैं। सो ए पर मैं जानता एक सरदार भगवान सिंह मान नू जिहदे दिल दे विच पंजाब दा दर्द है। यू ऑलवेज चेज वर्क नॉट मनी, पैसे दे पिछे नहीं भजना, काम पिछे भजना, मनी शोहरत पैसा सारा कुछ थोड़ा पिछा करेगा। एक तो यह सीगा, दूजा थोड़ा जिहड़ा साडा डिपार्टमेंट है, लोग थानू रब कहणगे बट अपने आप नू रब नहीं समझना कदे भी, ये गलती कदे नहीं करनी, तुसीं नहीं समझना कि असीं रब। मान साहब ने सानू साडी बांह फड़ी, ये मतलब पांच पांच रैलियां कीतियां उन्होंने साडे वास्ते। तुसीं सोच नहीं सकते कि जिहड़े करोड़ां वाले सी उह हार गए, ते ये जिहड़े साडे दरवेश नेता सी इन्हां दे सदका 92 बंदे असीं बिना, मैं कोई पैसा नहीं खर्चा, लोगों ने मेरी रैलियां कराईआं। ਇਹ ਫਾਇਦਾ ਹੁੰਦਾ ਜਿਹੜੀ ਨੇਕ ਨੀਤੀ ਵਾਲਿਆਂ ਦਾ। ਪੰਜਾਬ ਦੇ ਹਰਮਨ ਪਿਆਰੇ ਔਰ ਤੁਹਾਡੇ ਸਾਰੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਸਾਡੇ ਮਹਿਬੂਬ ਨੇਤਾ ਸਰ, ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਅੱਜ 271 ਸਪੈਸ਼ਲਿਸਟ ਆਉਣ ਦੇ ਨਾਲ ਪੰਜਾਬ ਜਿਹੜਾ ਹੈਗਾ ਉਹ ਨੌਰਦਰਨ ਇੰਡੀਆ ਵਿੱਚ ਸਪੈਸ਼ਲਿਸਟ ਸਰਵਿਸਿਸ 'ਚ ਪਹਿਲੇ ਨੰਬਰ 'ਤੇ ਆ ਗਿਆ ਸਰ, ਪਹਿਲੇ ਨੰਬਰ 'ਤੇ ਆ ਗਿਆ। ਤਿੰਨ ਪਹਿਲੇ ਟ੍ਰਿਬਿਊਨ ਨੇ ਇੱਕ ਸਟੋਰੀ ਕੈਰੀ ਕੀਤੀ ਸੀ, ਅਸੀਂ ਪਹਿਲਾਂ ਵੀ ਲਾਗਲੀਆਂ ਸਟੇਟਸ ਤੋਂ ਅੱਗੇ ਸੀ ਬਟ ਅਸੀਂ ਹੁਣ ਪਹਿਲੇ ਨੰਬਰ 'ਤੇ ਆ ਗਏ। ਜਿਸ ਤਰ੍ਹਾਂ ਸਾਨੂੰ ਮੇਰੇ ਜਿਹੜੇ ਪਰਿਵਾਰ ਦੇ ਮੁਖੀ ਹੈ ਹੈਲਥ ਡਿਪਾਰਟਮੈਂਟ ਦੇ ਅਜੋਏ ਜੀ ਨੇ ਔਰ ਜਿਹੜੇ ਸਾਡੇ ਸਾਰੇ ਮੇਰਾ ਪਰਿਵਾਰ ਦੇ ਮੈਂਬਰ ਇੱਥੇ ਬੈਠੇ ਹੋਏ ਆ, ਇਹਨਾਂ ਦੇ ਯਤਨਾਂ ਸਦਕਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਉਚਾਈਆਂ ਛੂਵਾਂਗੇ। ਸਰ ਤੁਹਾਡਾ ਇਸ ਗੱਲ ਲਈ ਵੀ ਧੰਨਵਾਦ ਹੈ ਕਿ ਤੁਸੀਂ ਪਹਿਲਾਂ ਪ੍ਰਾਇਮਰੀ ਕੇਅਰ ਤੋਂ ਸ਼ੁਰੂ ਕੀਤਾ, 100 ਮਹੱਲਾ ਕਲੀਨਿਕ ਦਿੱਤੇ, ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਦੱਸਿਆ ਕਿ 1 ਮਿਲੀਅਨ ਤੋਂ ਜ਼ਿਆਦਾ ਲੋਕ ਉਹਦਾ ਫਾਇਦਾ ਲੈ ਚੁੱਕੇ ਆ ਔਰ 500 ਗਿਣਤੀ ਹੋ ਜਾਣੀ ਹੈ 27 ਜਨਵਰੀ ਨੂੰ। ਉਸ ਤੋਂ ਬਾਅਦ ਜਿਹੜੀ ਉਹਦੇ ਲਾਭ ਪ੍ਰਾਪਤੀਆਂ ਦੀ ਗਿਣਤੀ ਹੈ ਉਹ ਕਰੋੜਾਂ ਵਿੱਚ ਹੋ ਜਾਣੀ ਹੈ। ਅਤੇ ਤੁਸੀਂ ਜਿਹੜਾ ਇਹ ਆਪਣਾ 3-tier ਸਿਸਟਮ ਹੈ, ਤੁਸੀਂ ਸੈਕੰਡਰੀ ਕੇਅਰ ਦੇ ਵਿੱਚ ਜ਼ਿਆਦਾ ਕੰਮ ਕਰੋਗੇ। ਮੈਂ ਤੁਹਾਨੂੰ ਬਸ 1-2 ਗੱਲਾਂ ਜਿਹੜੀਆਂ ਮੇਰੇ ਟੀਚਰਸ ਨੇ ਮੈਨੂੰ ਕਹੀਆਂ ਸੀ ਮੈਂ ਉਹ ਤੁਹਾਨੂੰ ਕਨਵੇ ਕਰਾਂਗਾ। ਇੱਕ ਤਾਂ ਮੇਰੇ ਟੀਚਰਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕਦੀ ਵੀ, ਯੂ ਆਲਵੇਜ ਚੇਜ ਵਰਕ ਨੋਟ ਮਨੀ, ਪੈਸੇ ਦੇ ਪਿੱਛੇ ਨਹੀਂ ਭੱਜਣਾ, ਕੰਮ ਪਿੱਛੇ ਭੱਜਣਾ, ਮਨੀ ਸ਼ੋਹਰਤ ਪੈਸਾ ਸਾਰਾ ਕੁਛ ਤੁਹਾਡਾ ਪਿੱਛਾ ਕਰੇਗਾ। ਇੱਕ ਤਾਂ ਇਹ ਸੀਗਾ, ਦੂਜਾ ਤੁਹਾਡਾ ਜਿਹੜਾ ਸਾਡਾ ਡਿਪਾਰਟਮੈਂਟ ਹੈ, ਲੋਕ ਤੁਹਾਨੂੰ ਰੱਬ ਕਹਿਣਗੇ ਬਟ ਆਪਣੇ ਆਪ ਨੂੰ ਰੱਬ ਨਹੀਂ ਸਮਝਣਾ ਕਦੇ ਵੀ, ਇਹ ਗਲਤੀ ਕਦੇ ਨਹੀਂ ਕਰਨੀ, ਤੁਸੀਂ ਨਹੀਂ ਸਮਝਣਾ ਕਿ ਅਸੀਂ ਰੱਬ ਹਾਂ। ਮੇਰੀ ਨਾਨੀ ਨੇ ਜਿਹੜੀ ਮੈਨੂੰ ਗੱਲ ਕਹੀ ਸੀ ਉਹ, ਜਦੋਂ ਮੈਂ ਸਰ ਲੋਹੜੀ 'ਤੇ ਆਇਆ, ਤੁਹਾਡੇ ਮਾਤਾ ਜੀ ਨੇ ਮੈਨੂੰ, ਸਾਡੇ ਮਾਤਾ ਜੀ ਨੇ ਸਾਨੂੰ ਉਹ ਗੱਲ ਕਹੀ, ਕਹਿੰਦੇ ਪੁੱਤ ਤੁਹਾਡਾ ਕੰਮ ਬਹੁਤ ਵਧੀਆ। ਮੈਂ ਕਿਹਾ ਮਾਤਾ ਜੀ ਕਿਉਂ? ਕਹਿੰਦੇ ਪੁੱਤ ਨਾਲੇ ਪੁੰਨ ਅਤੇ ਨਾਲੇ ਫਲੀਆਂ, ਤੁਸੀਂ ਜਿੰਨਾ ਪੁੰਨ ਕਰੋਗੇ ਉਨੀਆਂ ਫਲੀਆਂ ਆਉਣਗੀਆਂ ਜੀ, ਵਰਨਾ ਪੈਸੇ ਵੀ ਆਉਣਗੇ ਡਾਕਟਰ ਨੂੰ, ਸਾਰਾ ਕੁਛ ਤੁਹਾਨੂੰ ਲੋਕ ਤੁਹਾਡੀ ਸੇਵਾ ਕਰਨਗੇ, ਤੁਹਾਨੂੰ ਅਸੀਸਾਂ ਦੇਣਗੇ। ਜਿਹੜੀ ਇੱਕ ਮਰੀਜ਼ ਦੀ ਜਾਂ ਗਰੀਬ ਦੀ ਅਸੀਸ ਹੈ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਦੁਨੀਆਂ ਦੇ ਵਿੱਚ, ਪੈਸਾ ਕੁਛ ਵੀ ਨਹੀਂ ਹੈ ਉਹਦੇ ਸਾਹਮਣੇ। ਮਾਨ ਸਾਹਿਬ ਨੇ ਸਾਨੂੰ ਸਾਡੀ ਬਾਂਹ ਫੜੀ, ਇਹ ਮਤਲਬ ਪੰਜ ਰੈਲੀਆਂ ਕੀਤੀਆਂ ਉਹਨਾਂ ਨੇ ਸਾਡੇ ਵਾਸਤੇ। ਤੁਸੀਂ ਸੋਚ ਨਹੀਂ ਸਕਦੇ ਕਿ ਜਿਹੜੇ ਕਰੋੜਾਂ ਵਾਲੇ ਸੀ ਉਹ ਹਾਰ ਗਏ, ਅਤੇ ਇਹ ਜਿਹੜੇ ਸਾਡੇ ਦਰਵੇਸ਼ ਨੇਤਾ ਸੀ ਇਹਨਾਂ ਦੇ ਸਦਕਾ 92 ਬੰਦੇ ਅਸੀਂ ਬਿਨਾਂ, ਮੈਂ ਕੋਈ ਪੈਸਾ ਨਹੀਂ ਖਰਚਾ, ਲੋਕਾਂ ਨੇ ਮੇਰੀਆਂ ਰੈਲੀਆਂ ਕਰਾਈਆਂ। ਇਹ ਫਾਇਦਾ ਹੁੰਦਾ ਜਿਹੜੀ ਨੇਕ ਨੀਤੀ ਵਾਲਿਆਂ ਦਾ। ਇੱਕ ਤੁਹਾਨੂੰ ਹੋਰ ਮੈਂ ਬਸ ਮੈਂ ਤੁਸੀਂ ਆਪਾਂ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਸੁਣਨਾ ਚਾਹੁੰਦੇ ਹਾਂ, ਮੈਂ ਇੱਕ ਗੱਲ ਕਹਿੰਦਾ ਕਿ ਤੁਸੀਂ ਜਾਣਦੇ ਹੋ ਭਗਵੰਤ ਮਾਨ ਜੀ ਨੂੰ, ਉਹ ਬੰਦਾ ਜਿਹੜਾ ਦੁਖੀ ਨੂੰ ਹਸਾ ਦਿੰਦਾ, ਇਦੋਂ ਵੱਡੀ ਇਬਾਦਤ ਕੋਈ ਨਹੀਂ। ਮਤਲਬ ਇੱਕ ਸ਼ਾਇਰ ਵੀ ਕਹਿੰਦਾ, ਮਸਜਿਦ ਅਭੀ ਦੂਰ ਹੈ, ਚਲੋ ਕਿਸੇ ਰੋਤੇ ਹੋਏ ਬੱਚੇ ਕੋ ਹਸਾਤੇ ਹੈ। ਸੋ ਇਹ ਪਰ ਮੈਂ ਜਾਣਦਾ ਇੱਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਹੈ, ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦਾ, ਉਹ ਸਾਰਾ ਦਰਦ ਸਮੇਟੀ ਬੈਠਾ। ਪਹਿਲਾਂ ਉਹ ਲੋਕਾਂ ਨੂੰ ਹਸਾਉਂਦਾ ਸੀ, ਹੁਣ ਉਹ ਲੋਕਾਂ ਨੂੰ ਹੱਸਣ ਦੀ ਵਜ੍ਹਾ ਦੇ ਰਿਹਾ। ਚਾਹੇ ਉਹ ਬਿਜਲੀ ਦੇ ਬਿੱਲ ਜ਼ੀਰੋ ਕਰਕੇ, ਚਾਹੇ ਚੰਗੀਆਂ ਸਿਹਤ ਸਹੂਲਤਾਂ ਦੇ ਕੇ, ਚਾਹੇ ਚੰਗੀਆਂ ਐਜੂਕੇਸ਼ਨ ਦੇ ਕੇ, ਇਸੇ ਤਰ੍ਹਾਂ ਸਾਡੇ ਜਿਹੜੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹ ਦੇਸ਼ ਨੂੰ ਨੰਬਰ ਬਣਾਉਣ ਦਾ ਸੁਪਨਾ ਲਈ ਬੈਠੇ ਆ, ਅਤੇ ਤੁਸੀਂ ਇਹਨਾਂ ਦੋਨਾਂ ਪ੍ਰੋਗਰਾਮਾਂ ਦੇ ਅੱਜ ਬ੍ਰਾਂਡ ਅੰਬੈਸਡਰ ਬਣ ਰਹੇ ਹੋ। ਯੂ ਆਰ ਵੈਰੀ ਲੱਕੀ, ਯੂ ਆਰ ਪਾਰਟ ਆਫ ਦਿਸ ਟੀਮ, ਆਫ ਦਿਸ ਗ੍ਰੇਟ ਰੈਵੋਲਿਊਸ਼ਨ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਤੁਸੀਂ, ਯੂ ਵਿਲ ਗਿਵ ਯੂਰ ਸਰਵਿਸ ਵਿਦ ਅ ਸਮਾਈਲ। ਜਦੋਂ ਮਰੀਜ਼ ਆਉਂਦਾ ਉਹ ਕਿਸ ਚੀਜ਼ ਨਾਲ ਠੀਕ ਹੁੰਦਾ? ਕੀ ਉਹ ਦਵਾਈਆਂ ਨਾਲ ਠੀਕ ਹੁੰਦਾ? 10% ਰੋਲ ਹੈ ਦਵਾਈਆਂ ਦਾ। ਇਸ ਤੋਂ ਜਿਹੜੀ ਤੁਸੀਂ ਮਰੀਜ਼ ਨੂੰ ਉਮੀਦ ਦੇਣੀ ਆ,
ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਰਸਗੁੱਲੇ ਖਾਂਦੇ ਆ ਉਹਨਾਂ ਨੂੰ ਹਸਗੁੱਲੇ ਦਿੰਦੇ ਸੀਗੇ। ਜਿਹੜੀ ਤੁਸੀਂ ਬੰਦੇ ਨੂੰ ਰਿਲੈਕਸ ਕਰਾਉਂਦੇ ਹੋ ਮਿਊਜ਼ਿਕ ਹੀਲਸ, ਇਹਨਾਂ ਨੇ ਸਪੋਰਟਸ ਕਰਾਈਆਂ, ਜਿਹੜੀ ਫਿਜ਼ੀਕਲ ਐਕਟੀਵਿਟੀ ਆ ਦੈਟ ਇਜ਼ ਦਾ ਉਹ ਇਹ ਸਾਰੇ ਇਮਿਊਨਿਟੀ ਬੂਸਟਰ ਆ। ਇਹ ਬਾਬੇ ਕਿਉਂ ਸੁਪਰ ਹਿੱਟ ਹੈ, ਦੇ ਆਰ ਫੇਥ ਹੀਲਰਸ। ਸੋ ਜੇ ਪੇਸ਼ੈਂਟ ਨੂੰ ਡਾਕਟਰ ਤੇ ਫੇਥ ਨਹੀਂ ਆ, ਤੁਸੀਂ ਪੇਸ਼ੈਂਟ ਦਾ ਫੇਥ ਵਿਨ ਓਵਰ ਕਰਨਾ, ਉਹਨੂੰ ਆਉਂਦੇ ਨਾਲ ਪਿਆਰ ਨਾਲ ਗੱਲ ਕਰਨੀ ਆ, ਔਰ ਤੁਸੀਂ ਜਦੋਂ ਤੁਸੀਂ ਉਹਨੂੰ ਉਮੀਦ ਦੇ ਦਿੱਤੀ, ਜਦੋਂ ਉਹਦੇ ਤੇ ਤੁਹਾਨੂੰ ਵਿਸ਼ਵਾਸ ਹੋ ਗਿਆ, ਫਿਰ ਸਾਰੀਆਂ ਦਵਾਈਆਂ ਕੰਮ ਕਰਨਗੀਆਂ, ਨਹੀਂ ਤਾਂ ਦੁਨੀਆ ਦੀ ਕੋਈ ਦਵਾਈ ਨਹੀਂ ਕੰਮ ਕਰੇਗੀ। ਡੋਂਟ ਡਿਪੈਂਡ ਔਨ ਕੈਮੀਕਲ ਏਜੰਟਸ, ਡਿਪੈਂਡ ਅਪੋਨ ਯੋਰ ਐਬਿਲਿਟੀਜ਼ ਕਿ ਤੁਸੀਂ ਜਿਹੜਾ ਪੇਸ਼ੈਂਟ ਨੂੰ ਫੇਥ ਦੇ ਸਕੋ, ਇੱਕ ਉਮੀਦ ਦੇ ਸਕੋ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਆਪਣੀਆਂ ਗੁੱਡ ਵਿਸ਼ੇਸ ਦਿੰਦਾ। ਥੈਂਕ ਯੂ ਵੈਰੀ ਮੱਚ।